ਫਾਜ਼ਿਲਕਾ ਦੀ ਗਲੀ ਪੁਜਾਰੀਆਂ ਦੇ ਵਿੱਚ ਘਰ ਦੇ ਬਾਹਰ ਖੜੇ ਬਾਈਕ ਨੂੰ ਚੋਰਾਂ ਵੱਲੋਂ ਕੀਤਾ ਗਿਆ ਚੋਰੀ। ਆਪਣਾ ਬਾਈਕ ਛੱਡ ਕੇ ਚੋਰ ਹੋਏ ਫਰਾਰ। ਮਾਲਕ ਵੱਲੋਂ ਕੀਤੀ ਜਾ ਰਹੀ ਹੈ ਚੋਰਾਂ ਦੇ ਖਿਲਾਫ ਕਾਰਵਾਈ ਦੀ ਮੰਗ। ਫਾਜ਼ਿਲਕਾ ਦੀ ਗਲੀ ਪੁਜਾਰੀਆਂ ਦੇ ਵਿੱਚ ਰਿਟਾਇਰਡ ਤਹਿਸੀਲਦਾਰ ਮਹਿੰਦਰ ਤ੍ਰਿਪਾਠੀ ਦੇ ਘਰ ਦੇ ਬਾਹਰ ਖੜੇ ਬਾਈਕ ਨੂੰ ਲੈ ਕੇ ਕੁਝ ਲੋਕ ਫਰਾਰ ਹੋ ਗਏ। ਇੰਨਾ ਹੀ ਨਹੀਂ, ਇਹ ਲੋਕ ਇੱਥੇ ਇੱਕ ਬਾਈਕ ਵੀ ਛੱਡ ਗਏ ਹਨ ਜਿਸ ਦੀ ਹਲੇ ਪੁਸ਼ਟੀ ਨਹੀਂ ਹੋ ਪਾਈ ਹੈ ਕਿ ਇਹ ਬਾਈਕ ਚੋਰੀ ਦਾ ਜਾਂ ਫਿਰ ਉਹਨਾਂ ਚੋਰਾਂ ਦਾ। ਇਸ ਘਟਨਾ ਦੀ ਸੂਚਨਾ ਥਾਣਾ ਸਿਟੀ ਪੁਲਿਸ ਨੂੰ ਦੇ ਦਿੱਤੀ ਗਈ ਹੈ। ਜਾਣਕਾਰੀ ਦਿੰਦੇ ਹੋਏ ਗਲੀ ਵਾਸੀਆਂ ਨੇ ਦੱਸਿਆ ਕਿ ਅੱਜ ਦੇਰ ਸ਼ਾਮ ਇੱਕ ਨੌਜਵਾਨ ਗਲੀ ਦੇ ਵਿੱਚ ਹੀ ਮਹਿੰਦਰ ਤ੍ਰਿਪਾਠੀ ਦੇ ਘਰ ਦੇ ਬਾਹਰ ਬਾਈਕ ਦੇ ਕੋਲ ਖੜਾ ਸੀ, ਜਿਸ ਤੋਂ ਬਾਅਦ ਉਹ ਲੜਕਾ ਆਪਣਾ ਬਾਈਕ ਇੱਥੇ ਛੱਡ ਗਿਆ ਅਤੇ ਮਹਿੰਦਰ ਤ੍ਰਿਪਾਠੀ ਦੇ ਲੜਕੇ ਗੌਰਵ ਕੁਮਾਰ ਦਾ ਬਾਈਕ ਉਸਦੇ ਵੱਲੋਂ ਚੋਰੀ ਕਰ ਲਿਆ ਗਿਆ, ਜਿਸ ਤੋਂ ਬਾਅਦ ਉਹਨਾਂ ਵੱਲੋਂ ਸ਼ੋਰ ਮਚਾਇਆ ਗਿਆ ਅਤੇ ਗਲੀ ਵਾਸੀ ਇਕੱਤਰਿਤ ਹੋ ਗਏ। ਇਸ ਦੀ ਸੂਚਨਾ ਥਾਣਾ ਸਿਟੀ ਪੁਲਿਸ ਨੂੰ ਦਿੱਤੀ ਗਈ ਹੈ। ਫਾਜ਼ਿਲਕਾ ਦੇ ਵਿੱਚ ਲਗਾਤਾਰ ਇਹੋ ਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਜਿਸ ਦੇ ਵਿੱਚ ਲੋਕਾਂ ਦੇ ਬਾਈਕ ਚੋਰੀ ਹੋ ਰਹੇ ਹਨ। ਬਾਈਕ ਮਾਲਕ ਵੱਲੋਂ ਫਾਜ਼ਿਲਕਾ ਪੁਲਿਸ ਤੋਂ ਉਸਦਾ ਬਾਈਕ ਵਾਪਸ ਦਿਵਾਉਣ ਦੀ ਮੰਗ ਕੀਤੀ ਜਾ ਰਹੀ ਹੈ। ਨਾਮ ਗੌਰਵ ਭੱਟ। ਕਿੱਥੋਂ ਰਹਿਣ ਵਾਲੇ? ਮੈਂ ਇੱਥੋਂ ਦਾ ਹੀ ਰਹਿਣ ਵਾਲਾ। ਕੀ ਹੋਇਆ ਸਰ? ਮੈਂ ਹੁਣੇ ਬਾਹਰ ਆਇਆ ਸੀਗਾ ਅਤੇ ਰੋਲਾ ਪੈ ਰਿਹਾ ਸੀਗਾ ਅਤੇ ਜਿਹੜਾ ਕਿ ਬਾਈਕ ਜਿਹੜਾ ਕਿ ਮੇਰਾ ਉਹ ਲੈ ਗਿਆ ਅਤੇ ਆਪਣਾ ਜਿਹੜਾ ਚੋਰੀ ਦਾ ਕੀਤਾ ਬਾਈਕ ਜਿਹੜਾ ਕਿ ਉਹ ਛੱਡ ਗਏ। ਕਿਹੜਾ ਬਾਈਕ ਸੀ ਤੁਹਾਡਾ ਜਿਹੜਾ ਚੱਕਾ ਗਿਆ? ਮੇਰਾ ਸਪਲੈਂਡਰ ਪ੍ਰੋ ਬਲੈਕ ਕਲਰ ਦਾ, ਬਲੈਕ ਗ੍ਰੇ। ਕਿੰਨਾ ਸੀ ਨੰਬਰ ਜੀ ਮੋਟਰਸਾਈਕਲ? PB/F 6005। ਕਿੰਨੇ ਵਜੇ ਘਟਨਾ ਜੀ? ਮੈਂ ਤਾਂ ਹੁਣੇ ਜਸਟ ਬਾਹਰ ਨਿਕਲਿਆ ਜੀ। ਛੱਡ ਕੇ ਕਿਹੜਾ ਗਏ ਨੇ ਮੋਟਰਸਾਈਕਲ ਤੇ? ਹਾਂਜੀ, ਕੀ ਨਾਮ ਤੁਹਾਡਾ ਜੀ? ਮੇਰਾ ਨਾਮ ਰਜਨੀ ਹੈ। ਇੱਕ ਮੋਟਰਸਾਈਕਲ ਚੋਰੀ ਹੋਈ ਹੈ ਤੋਂ? ਹਾਂਜੀ, ਮੈਂ ਉੱਪਰ ਤੋਂ ਦੇਖ ਰਹੀ ਸੀ ਭਈਆ, ਮੈਂ ਫੋਨ ਤੇ ਬਾਤ ਕਰ ਰਹੀ ਸੀ, ਮੇਰੇ ਕੋ ਐਸਾ ਲਗਾ ਬਾਈ ਵੈਸੇ ਹੀ ਖੜਾ ਹੈ। ਉਸਨੇ ਕਿਹਾ ਕਿ ਥੋੜੀ ਦੇਰ ਮੈਂ ਚਾਬੀ ਲਗਾਈ ਦੂਸਰੇ ਵਾਲੇ ਕੇ, ਇਧਰ ਦੋ ਬੋਇਸ ਖੜੇ ਥੇ, ਵੋ ਇਨਕੇ ਲੇਬਰ ਥੇ। ਮੈਨੇ ਉਨਕੋ ਆਵਾਜ਼ ਲਗਾਈ ਵੀ ਉਨਕੇ ਪਿੱਛੇ ਜਾਓ, ਵੋ ਪਤਾ ਨਹੀਂ ਗਏ ਜਾਂ ਨਹੀਂ ਗਏ। ਮੈਂ ਨੀਚੇ ਉਤਰ ਕੇ ਇਤਨੀ ਦੇਰ ਮੈਂ ਵੋ ਚਲੇ ਗਏ ਉੱਤੇ। ਇੱਕ ਹੀ ਥਾ ਵੋ ਆਪਣਾ ਛੋੜ ਕੇ ਵੋ ਉਠਾ ਕੇ ਲੈ ਗਿਆ ਦੂਸਰਾ। ਕਿਤਨੇ ਲੜਕੇ ਥੇ ਵੋ? ਇੱਕ ਹੀ ਥਾ ਵੋ, ਬਲੈਕ ਪੈਂਟ ਪਹਿਨੀ ਥੀ, ਸ਼ਰਟ ਔਰ ਬਲੈਕ ਕਲਰ ਕਾ ਲਗਾਇਆ ਹੁਆ ਥਾ ਇਧਰ ਤੱਕ। ਕਿਤਨੇ ਵਜੇ ਘਟਨਾ ਹੈ? ਅਭੀ 15 ਮਿੰਟ ਹੋਏ ਹੋਂਗੇ। ਕਹਿੰਦੇ ਹਨ ਕਿ ਲੜਕੀ ਆਤੀ ਹੈ।